Аллилуйя, Аллилуйя! ਉਸਰੇ ਉੱਤੇ ਛੋੜ ਲੈ ਕਿ ਪਹਿਲਾਂ ਹੀ ਛੱਡ ਦੇਵਾਂ ਜਿਵੇਂ ਤੁਹਾਡੀ ਮਰਜ਼ੀ ਨਹੀਂ ਐ ਜਿਹੜਾ ਟਾਈਮ ਹੈ ਪੜੋ ਜੀ ਅਸਵਾਈ ਕੇ ਮੁਹਰਕਾ ਇਬਨ ਹਜਰ ਮੱਕੀ ਆਪਣੇ ਦੌਰ ਦੀ ਇਮਾਮੇ ਕਾਬਾ ਤਵੱਜੋ ਹੈ ਮੇਰੇ ਬਜ਼ੁਰਗਾਂ ਦੇ ਪੀਰੋ ਮੁਰਸ਼ਦ ਤੇ ਇਮਾਮ ਵਾਹ ਵਾਹ ਉਹਨਾਂ ਕੇ ਦਾਦ ਲਈ ਕੀ ਅਸਵਾਈ ਕੇ ਮੁਹਰਕਾ ਜਿਲਦ ਨੰਬਰ 2 ਤਵੱਜੋ ਹੈ ਨਾ ਤਬਾ ਬਰੂਤ ਤੇ ਮਤਬੂਆ ਬਰੂਤ ਸਫਾ 365 ਸਹਾਬਾ ਕਰਾਮ ਨੇ ਹੱਥ ਜੋੜ ਕੇ ਅਰਜ਼ ਕੀਤੀ ਯਾ ਰਸੂਲ ਅੱਲਾਹ ਉਸ ਆਲਮ ਦੀ ਕੋਈ ਨਿਸ਼ਾਨੀ ਤੁਹਾਡਾ ਹੈ ਇਰਾਦਾ ਨਿਸ਼ਾਨੀ ਦੱਸਾਂ ਜਾਂ ਮਿੰਬਰ ਛੋੜਾਂ ਪੈਗੰਬਰ ਇਸਲਾਮ ਨੇ ਫਰਮਾਇਆ ਉਸ ਆਲਮ ਦੀ ਨਿਸ਼ਾਨੀ ਇਹ ਆ ਕਿ ਉਸ ਆਲਮ ਦੇ ਉੱਤੇ 3 ਸਤਰਾਂ ਲਿਖੀਆਂ ਹੋਣਗੀਆਂ ਅਤੇ ਸੋਨੇ ਦੇ ਪਾਣੀ ਨਾਲ ਅਤੇ ਦੂਰੋਂ ਚਮਕਦੀਆਂ ਨਜ਼ਰ ਆਉਣਗੀਆਂ ਹੈ ਇਰਾਦਾ ਉਹ ਚਮਕਦੀਆਂ ਹੋਈਆਂ ਜਿਹੜੀਆਂ ਸਤਰਾਂ ਨੇ ਮੈਂ ਪੇਸ਼ ਕਰਾਂ ਬੜੀ ਤਵੱਜੋ ਤਾਂ ਮੈਂ ਇੱਥੇ ਹੀ ਹੋ ਸਕਦਾ ਕਿ ਮੈਂਬਰ ਛੋੜ ਦਾਂ ਕਿਉਂਕਿ ਟਾਈਮ ਟਾਈਮ ਹੈ ਅਤੇ ਟਾਈਮ ਨੂੰ ਟਾਈਮ ਹੀ ਰੱਖਣਾ ਚਾਹੀਦਾ ਅਜੇ ਵੈਸੇ ਮੇਰੇ 5 ਮਿੰਟ ਹੈ ਨੇ ਤਵੱਜੋ ਹੈ ਉਹ ਪੜ੍ਹਨ ਦੇ ਮਰਨ ਦੇ ਤਾਂ ਨਹੀਂ ਮੈਂ ਕੋਈ ਮਰਨਾ ਹੈ ਰਿਜ਼ਵੀ ਸਾਹਿਬ ਬੈਠੇ ਨੇ ਮੌਲਾ ਦੀ ਕਸਮ ਇਹਨਾਂ ਦੀ ਜੱਦ ਨੂੰ ਮੰਨਿਆ ਹੀ ਇਸੇ ਵਾਸਤੇ ਆ ਇਹਨਾਂ ਦੀ ਜੱਦ ਉਹ ਆ ਜਿਹੜਾ ਮੁਰਦਿਆਂ ਨੂੰ ਜ਼ਿੰਦਾ ਕਰਦੇ ਆ ਅਤੇ ਮੈਂ ਬੇਸ਼ੁਮਾਰ ਮੁਰਦਿਆਂ ਨੂੰ ਛੱਡ ਕੇ ਆਇਆ ਹੈ ਪਹਿਲੀ ਸਤਰ ਵਸਤਰ ਅਵਲ ਬਿਸਮਿਲਲਾਹ ਰਹਿਮਾਨ ਰਹੀਮ ਪਹਿਲੀ ਸਤਰ ਲਿਖੀ ਹੋਏਗੀ ਬਿਸਮਿਲਲਾਹ ਰਹਿਮਾਨ ਰਹੀਮ ਉਹ ਬਿਸਮਿਲਲਾ ਤੇ ਉਹਦੀ ਸਮਝ ਚ ਆਉਣੀ ਹੈ ਜਿਹੜੇ ਬਾਏ ਬਿਸਮਿਲਲਾ ਦੇ ਨੁਕਤੇ ਨੂੰ ਮੰਨਦਾ ਹੋ ਸੀ ਵਸਤਰ ਉਸਾਨੀ ਤਵੱਜੋ ਹੈ ਵਸਤਰ ਉਸਾਨੀ ਤੇ ਦੂਸਰੀ ਸਤਰ ਤੇ ਲਿਖਿਆ ਹੋਏਗਾ ਅਲਹਮਦੁਲਿਲਾਹ ਰੱਬਿਲ ਆਲਮੀਨ ਇਹ ਗੱਲ ਮੈਂ ਨਾ ਹਾਫਜ਼ਾਬਾਦ ਆਖੀ ਤੇ ਮੌਲਾਨਾ ਇੱਕ ਮੁਹੰਮਦ ਨਵਾਜ਼ ਨੁਸ਼ਹਿਰੇ ਦੇ ਉਹਨੇ ਉੱਠ ਕੇ ਦਿਓ ਐਲੇ ਦੀ ਸਤ ਐਡੀ ਡਰਾਈਵਰ ਮੇਰਾ ਬੈਠਾ ਪਤਾ ਉਹਨੂੰ ਚੀਰਿਆ ਜਾਏ ਤੇ ਮੇਰੇ ਜੇ ਤਰੇ ਬਣਦੇ ਆ ਉਹ ਆਇਆ ਤੇ ਸ਼ਰਾਰਤ ਵਾਸਤੇ ਪਰ ਜਿਸ ਵੇਲੇ ਉਹਨੇ ਸੁਣਿਆ ਤੇ ਮੈਂ ਉਹਨਾਂ ਦੇ ਬਜ਼ੁਰਗਾਂ ਦੀ ਜ਼ੁਬਾਨ 'ਚ ਰਵਾਇਤ ਪੇਸ਼ ਕੀਤੀ ਤੇ ਉਹਨੇ ਆਖਿਆ ਮੌਲਾਨਾ ਸਾਹਿਬ ਜ਼ਿੰਦਾਬਾਦ ਮੈਂ ਕਿਹਾ ਮੈਂ ਨਹੀਂ ਜ਼ਿੰਦਾਬਾਦ ਹੁਸੈਨੀ ਜ਼ਿੰਦਾਬਾਦ ਨੈਟ 'ਤੇ ਤਕਰੀਰ ਆਈ ਬੈਠੀ ਤੀ ਕਿਬਲਾ ਦੂਸਰੀ ਤੇ ਅਲਹਮਦੁਲਿਲਾਹ ਰੱਬਿਲ ਆਲਮੀਨ ਹੁਣ ਤੀਸਰੀ ਸਤਰ ਸੁਣ ਲੈ ਤੇ ਟਾਈਮ ਮੇਰੇ 3 ਮਿੰਟ ਫਿਰ ਵੀ ਬਾਕੀ ਰਹਿ ਜਾਣੇ ਆ ਹਾਂਜੀ ਵਸਤਰ ਸਾਲ ਤੀਸਰੀ ਸਤਰ ਤੇ ਲਿਖਿਆ ਕੀ ਹੋਵੇਗਾ ਆਪਣੇ ਕੋਲੋਂ ਆਖਾਂ ਇੱਥੇ ਮੇਰੀ ਸ਼ਕਲ ਕਾਲੀ ਹੋ ਜਾਏ ਕੌੜਾ ਹੋ ਕੇ ਮਰਾਂ ਤੇ ਜਿਹੜਾ ਆਪਣੇ ਨਬੀ ਦਾ ਫਰਮਾਨ ਨਾ ਮੰਨੇ ਉਹ ਜਾਣੇ ਕਾਲੀ ਕਮਲੀ ਵਾਲਾ ਜਾਣੇ ਪੈਗੰਬਰ ਨੇ ਫਰਮਾਇਆ ਤੀਸਰੀ ਸਤਰ ਤੇ ਲਿਖਿਆ ਹੋਵੇਗਾ ਲਾ ਇਲਾਹਾ ਇਲੱਲਾਹ ਮੁਹੰਮਦ ਰਸੂਲੁੱਲਾ ਅਲੀ ਅਲ ਵਲੀਉੱਲਾ ਸਾਰੇ ਬੋਲੋ ਸਾਰੇ ਬੋਲੋ ਇਹ ਹੁਣ ਜਿੰਨੇ ਵੀ ਬੈਠੇ ਆ ਸ਼ੀਆ ਸੁਣੇ ਹੋ ਮੇਰੇ ਮੁਸਲਮਾਨ ਵੀਰ ਸਜਦਾ ਦੇ ਕੋਲ ਮੇਰੀ ਨਹੀਂ ਮੈਂ ਤਾਂ ਤੁਹਾਡੇ ਅੱਗੇ ਗੁਜ਼ਾਰਿਸ਼ ਕਰਨਾ ਆ ਕਿ ਇਹ ਮੈਨੂੰ ਦੱਸੋ ਜਦੋਂ ਮੈਂ ਇੱਧਰ ਆਇਆ ਨਾ ਤਾਂ ਮੇਰੀ ਪੁਰਾਣੀ ਪੂਰੀ ਪਾਂਡ ਇਕੱਠੀ ਹੋ ਗਈ ਅਤੇ ਡਾਂਗਾ ਲੈ ਕੇ ਮੇਰੇ ਮਗਰ ਚੜ੍ਹ ਗਏ ਉਹਨਾਂ ਆਖਿਆ ਇਹ ਅੱਗੋਂ ਕੀ ਬੜਾ ਅੱਗੇ ਤਾਂ ਚੰਗਾ ਬੜਾ ਪੜ੍ਹਦਾ ਹੈ ਮੁਹੰਮਦ ਰਸੂਲਾ ਹੁਣ ਅੱਗੋਂ ਬੜਿਆ ਇਹ ਕਿੱਥੋਂ ਕਿੰਨੇ ਬੜਿਆ ਹੁਣ ਫੈਸਲਾ ਇਹਨਾਂ ਦੇ ਕੋਲੋਂ ਜਾ ਕੇ ਕਰਾਉਣਾ ਇਹ ਜਦੋਂ ਅਲਮ ਦੱਸਿਆ ਸੀ ਅਤੇ ਉਹਦੀ ਤੀਸਰੀ ਸਤਰ ਦੱਸੀ ਸੀ ਅਲੀ ਉਨ ਵਲੀਉੱਲਾ ਵੀ ਵਾਰੀ ਮੁਹੰਮਦ ਮੁਸਤਫਾ ਨੇ ਇਸ਼ਾਰੇ ਕੀਤੇ ਸੀ ਨਹੀਂ ਤੂੰ ਵਜੋ ਹੀ ਨਹੀਂ ਫਰਮਾਏ ਮੈਂ ਉਸ ਅਲੀ ਨੂੰ ਮੰਨਿਆ ਹੈ ਖੁਦ ਬਤਲ ਬਿਆਨ ਮੈਂ ਜੋ ਇਸਰਾਰ ਮੇਰੇ ਮੌਲਾ ਅਲੀ ਅਲੈਹਿ ਸਲਾਮ ਫਰਮਾਉਂਦੇ ਨੇ ਮਿੰਬਰੇ ਸਲੂਨੀ ਤੇ ਬਹਿ ਕੇ ਮੈਂ ਵੋ ਅਲੀ ਹੂੰ ਆਦਮ ਕੀ ਤੋਬਾ ਕਬੂਲ ਕਰਾਨੇ ਵਾਲਾ ਮੈਂ ਅਲੀ ਹੂੰ ਇੱਕ ਇੱਕ ਜੁਮਲੇ ਦੇ ਵਿੱਚ ਹਜ਼ਾਰਾਂ ਮਵਾਦ ਤਵੱਜੋ ਫਰਮਾਨਾ ਮੇਰੇ ਮੌਲਾ ਅਲੀ ਫਰਮਾਉਂਦੇ ਨੇ ਮੂਸਾ ਦੇ ਨਾਲ ਕੋਤੂਰ ਤੇ ਗੱਲਾਂ ਕਰਨ ਵਾਲਾ ਮੈਂ ਅਲੀ ਆ ਸਾਰਾ ਛੋੜਦਾ
ਕਰਦਾ ਪਿਆ ਹੈ, ਕਮ ਅਜ਼ ਕਮ 20 ਘੰਟੇ ਦਾ ਹੈ ਖੁਤਬਾਤੁਲ ਬਿਆਨ, ਐਵੇਂ ਨਹੀਂ ਪੇਸ਼ ਹੋ ਸਕਦਾ ਮੇਰੇ ਮੌਲਾ ਆਖਰੀ ਦਫ਼ਤ। ਔਰ ਮੇਰਾ ਸਲਾਮ ਨਾਮਾ ਮੁਸਾਬ ਦਾ ਜੁਮਲਾ ਆਖਣਾ, ਲੇਕਿਨ ਜੁਮਲਾ ਸੁਣ ਲਓ, ਮੌਲਾ ਅਲੀ ਅਲੈਹਿਸ ਸਲਾਮ ਦਾ ਅਗਰ ਜੁਮਲਾ ਨਾ ਹੋਵੇ ਮੇਰੀ ਜ਼ਬਾਨ ਸੜ ਜਾਏ। ਤੁਹਾਡੇ ਮੇਰੇ ਮੌਲਾ ਹਸਨੈਨ ਦਾ ਬਾਬਾ 11 ਇਮਾਮਾਂ ਦਾ ਪਿਓ, ਜਿਹੜੇ ਬੰਦੇ ਚੁੱਪ ਨੇ ਉਹਨਾਂ ਦੀ ਚੁੱਪ ਦੀ ਚੁੱਪ ਰਹਿ ਜਾਏ, ਇੰਜ ਕਿਉਂ ਨਾ ਆਖਾਂ ਖੂਨ ਏ ਅਬੂ ਤਾਲਿਬ ਦੀ ਸ਼ਰਾਫਤ ਆਲੀ। ਫਰਮਾਉਂਦੇ ਨੇ ਆਉਣਾ ਸਰ ਚਾਓ ਅਲੀ ਵਾਲਿਓ ਸਰ ਚਾਓ, ਤੁਸੀਂ ਕੋਈ ਲਾਵਾਰਸ ਨਹੀਂ, ਤੁਹਾਡੇ ਮੌਲਾ ਅਲੀ ਫਰੇ ਮਜਮੇਜ ਫਰਮਾ ਰਹੇ ਨੇ ਆਉਣਾ ਜ਼ਕਾਤੁਲ ਮੋਮਿਨੀ, ਮੈਂ ਮੋਮਨ ਕੀ ਜ਼ਕਾਤ ਹੂੰ। ਨਹੀਂ ਤਵੱਜੋ ਨਹੀਂ ਤਵੱਜੋ ਨਹੀਂ ਫਰਮਾਈ, ਨਹੀਂ ਤਵੱਜੋ ਨਹੀਂ ਫਰਮਾਈ। ਮੈਂ ਬਹੁਤ ਬੜਾ ਜੁਮਲਾ ਦੇਣਾ ਚਾਹੁੰਦਾ ਹੈ, ਔਰ ਆਖਰੀ ਜੁਮਲੇ ਦੇ ਉੱਤੇ ਮੈਂ ਇਸ ਡੇਰੇ ਤੋਂ ਜਾ ਕੇ ਆਪਣੇ ਪੂਰੇ ਮਜਮੇ ਨੂੰ ਜੰਨਤ 'ਚ ਲੈ ਜਾਵਾਂਗਾ। ਕਿਹੜੀ ਜੰਨਤ? ਅੱਜ ਇੱਥੋਂ ਹੂਰਾ ਮਿਲਣੀ ਹੈ, ਇਹ ਅਸੀਂ ਪਿੱਛੇ ਆਖਦੇ ਹਾਂ, ਪਰ ਰੱਬੇ ਮੁਹੰਮਦ ਦੀ ਕਸਮ ਹੈ, ਅਰਾਈ ਦੀ ਤਹਿਕੀਕ ਹੈ, ਅਸਲ ਜੰਨਤ ਨਾਮ ਹੈ ਮਜਲਸੇ ਹੁਸੈਨ ਦਾ। ਹਾਂ, ਰਿਸਰਚ ਹੈ। ਆਨਾ ਜ਼ਕਾਤੁਲ ਮੋਮਿਨੀ, ਆਨਾ ਹਜੁਲ ਮੋਮਿਨੀ। ਮੈਂ ਅਲੀ ਮੋਮਿਨ ਕਾ ਹਜ ਹੂੰ, ਨਮਾਜ਼ੀਓ ਦੇਖਾਂਗਾ ਹੁਣ ਕਿਹੜਾ ਬੰਦਾ ਹੈ ਜਿਹੜਾ ਅਗਲਾ ਜੁਮਲਾ ਆਪਣੇ ਮੌਲਾ ਅਲੀ ਦਾ ਜੰਨਤ 'ਚ ਬਹਿ ਕੇ ਸੁਣਦਾ ਹੈ। ਮੇਰੇ ਮੌਲਾ ਅਲੀ ਫਰਮਾਉਂਦੇ ਨੇ, ਮੌਲਾ ਤੇਰੇ ਪੁੱਤਰਾਂ ਦੀ ਜੁੱਤੀ ਤੋਂ ਮੇਰੀ ਔਲਾਦ ਕੁਰਬਾਨ ਹੈ, ਜਦੋਂ ਬੋਲੇ ਜਾਂ ਨਹਿਜੁਲ ਬਲਾਗਾ ਬਣਦਾ ਹੈ ਜਾਂ ਨਹਿਜੁਲ ਇਸਰਾਰ ਬਣਦਾ ਹੈ, ਮੇਰੇ ਮੌਲਾ ਅਲੀ ਫਰਮਾਉਂਦੇ ਨੇ ਆਉਣਾ ਆਉਣਾ ਸਲਾਤੁਲ ਮੋਮਿਨੀਨ, ਮੈਂ ਅਲੀ ਵਾ ਆਪਣੇ ਮੰਨਣ ਵਾਲਿਆਂ ਦੀ ਨਮਾਜ਼ ਆ, ਮੈਂ ਅਲੀ ਮੋਮਨ ਦੀ, ਮੈਂ ਅਲੀ ਮੋਮਨ ਦੀ ਨਮਾਜ਼ਾਂ ਨਮਾਜ਼ਾਂ ਨਮਾਜ਼ੀ ਹੈ ਅਲੀ ਦਾ ਲੰਗਰ ਖਾ ਕੇ ਫਿਰ ਅਲੀ ਨੂੰ ਭੌਂਕਣ ਵਾਲਾ, ਕੌਣ ਸੀ ਨਮਾਜ਼ ਹੈ ਜਿਸ ਨਮਾਜ਼ ਮੇ ਅਲੀ ਆ ਜਾਏ ਨਮਾਜ਼ ਬਾਤਲ। ਆਖਰੀ ਇੱਕ ਲਫ਼ਜ਼ ਔਰ ਮੇਰਾ ਸਲਾਮ ਹੈ ਮਿਸ਼ਕਾ ਸ਼ਰੀਫ, ਨਬੀਆਂ ਦੇ ਸੁਲਤਾਨ ਨਮਾਜ਼ੀ ਸਾਹਿਬ ਨਮਾਜ਼ ਪੜ੍ਹਦੇ ਪਏ ਨੇ, ਸਰਕਾਰ ਨੇ ਆਵਾਜ਼ ਦਿੱਤੀ, ਆ ਉਹ ਨਹੀਂ ਆਇਆ, ਆ ਨਹੀਂ ਆਇਆ, ਆ ਨਹੀਂ ਆਇਆ, ਬਸ ਤੂੰ ਬੰਨ ਤੇ ਸੀ ਜਾਈਏ, ਉਹ ਨਹੀਂ ਆਇਆ, ਉਹ ਆਇਆ, ਉਹ ਆਇਆ, ਇਸ ਵਾਸਤੇ ਆਖਿਆ ਤੂੰ ਜਲਦੀ ਕਰ ਅਸੀਂ ਜਾਈਏ, ਉਹ ਜੀ ਨਹੀਂ ਆਇਆ। ਸਲਵਾ ਪਰ ਮੁਹੰਮਦ ਅਹਿਲੇ ਬੈਤ ਮੁਹੰਮਦ ਹੈ, ਹਾਂ ਉਹ ਨਹੀਂ ਆਇਆ। ਅਗਲੀ ਗੱਲ ਕਰ ਲਵਾਂ, ਨਮਾਜ਼ ਅਲੀ ਕਹਿ ਰਹੇ ਨੇ ਆਨਾ ਸਲਾਤੁਲ ਮੋਮਿਨੀਨ, ਮੈਂ ਮੋਮਿਨ ਕੀ ਨਮਾਜ਼ ਹੂੰ। ਸੁਰ ਵਾਲਾ ਹੁੰਦਾ ਨਾ ਤੇ ਸਾਰੇ ਹੀ ਬੈਠੇ ਹੁੰਦੇ, ਮੈਂ ਆਇਆ ਜੋ ਬੇਸੁਰਿਆਂ ਚੋਂ ਹਾਂ ਪਰ ਆਇਆ ਸੁਰ ਵਾਲਿਆਂ ਦੇ ਵਿੱਚ, ਤਵੱਜੋ ਫਰਮਾ, ਤਵੱਜੋ ਫਰਮਾ, ਰਿਜ਼ਵੀ ਸਾਹਿਬ ਸੈਯਦਾ ਸਰਕਾਰ ਕਿਉਂ ਆਇਆ? ਉਹ ਨਹੀਂ ਆਇਆ, ਤੇ ਜਦੋਂ ਆਇਆ ਨਾ ਉਹਨੇ ਆਖਿਆ ਅਸਲਾਮ ਅਲੈਕੁਮ ਯਾ ਰਸੂਲ ਅੱਲਾਹ, ਪੈਗੰਬਰ ਨੇ ਕੰਢ ਕੀਤੀ, ਪਤਾ ਨਹੀਂ ਕੀ ਸੁਣਦੇ ਪਏ, ਪਤਾ ਨਹੀਂ ਕੀ ਸੁਣਦੇ ਪਏ। ਅਲਹਮਦੁਲਿਲਾ ਮੈਂ ਲੱਖਾਂ ਦੇ ਮਜਮੇ 'ਚ ਪੜੀ ਬੈਠਾ, ਹਾਂ ਹਾਂ ਸਰਕਾਰ ਨੇ ਸਲਾਮ ਦਾ ਜਵਾਬ ਨਹੀਂ ਦਿੱਤਾ, ਆਪ ਨਬੀ ਕਹਿੰਦਾ ਪਿਆ ਸਲਾਮ ਕਰਨਾ ਸੁਣਨਾ ਤੇ ਜਵਾਬ ਦੇਣਾ ਵਾਜਬ ਹੈ, ਵਾਜਬ ਦਾ ਜਵਾਬ ਨਹੀਂ ਦਿੱਤਾ, ਪੱਕ ਲੱਗ ਗਿਆ ਜਿਹੜਾ ਸਲਾਮ ਕਰਦਾ ਪਿਆ ਹੈ ਉਹ ਲੈ ਕੇ ਜਵਾਬੇ ਸਲਾਮ ਨਹੀਂ ਰਿਹਾ, ਹੱਥ ਜੋੜ ਕੇ ਕਹਿੰਦਾ ਸਰਕਾਰ ਕੋਲ ਨਹੀਂ, ਸਰਕਾਰ ਫਰਮਾਇਆ ਤੈਨੂੰ ਬੁਲਾਇਆ ਸੀ ਆਉਂਦਾ ਆਇਆ ਨਹੀਂ। ਹੁਣ ਜੁਮਲੇ ਆ ਮੈਂ ਆਪਣੀ ਜ਼ਬਾਨ ਤੇ ਤੁਹਾਡੀ ਜ਼ਬਾਨ ਤੇ ਪੇਸ਼ ਕਰਨੇ, ਵੇਖਾਂਗਾ ਕਿਹੜਾ ਬੰਦਾ ਮੇਰੇ ਲਫ਼ਜ਼ ਨੂੰ ਕੈਚ ਕਰਦਾ। ਸਰਕਾਰ ਫਰਮਾਇਆ ਤੈਨੂੰ ਬੁਲਾਇਆ ਸੀ ਤੂੰ ਆਇਆ ਨਹੀਂ, ਉਸ ਆਖਿਆ ਸਰਕਾਰ ਤੇਰੀ ਕਾਲੀ ਕਮਲੀ ਦੀ ਕਸਮ ਹੈ ਮੈਂ ਨਮਾਜ਼ ਪੜ੍ਹਦਾ ਸੀ, ਮੈਂ ਨਮਾਜ਼ ਤੇ ਤੁਸੀਂ ਸੋਚਦੇ ਸੀ ਇਹ ਜਿਹੜੇ ਬੈਠੇ ਹੋ, ਸਰਕਾਰ ਨੂੰ ਜਿਸ ਵੇਲੇ ਹੋ ਸਕਦਾ ਮੈਂ ਨਮਾਜ਼ ਪੜ੍ਹਦਾ ਸੀ,
ਰਹਿਮਤ ਕੁੱਲ ਨੇ ਮੁਸਕਰਾ ਕੇ ਫਰਮਾਇਆ, ਕਿਆ ਅਸੀਂ ਵੇਂਦੇ ਨਹੀਂ ਸੀ? ਆਬਾਦ ਰਹੋ, ਆਬਾਦ ਰਹੋ, ਸਲਾਮ ਹੈ ਅੱਲਾ ਇਹਨਾਂ ਉੱਠੇ ਹੋਇਆ ਤੁਹਾਨੂੰ ਤਾਂ ਕਿ ਆਮਦ ਆਬਾਦੋ ਸ਼ਾਦ ਰੱਖੇ। ਉਹ ਆਇਤ ਭੁੱਲ ਗਏ ਹੈ ਜੋ ਅੱਲਾ ਆਖਦਾ ਪਿਆ, ਜਦੋਂ ਵੀ ਤੁਹਾਡਾ ਨਬੀ ਤੁਹਾਨੂੰ ਬੁਲਾਏ, ਜਿਹੜੇ ਵੇਲੇ ਬੁਲਾਏ, ਜਦੋਂ ਬੁਲਾਏ, ਜਿੱਥੇ ਬੁਲਾਏ ਆ ਜਾਓ। ਅੱਛਾ ਚਲੋ ਨਮਾਜ਼ੀ ਸਾਹਿਬ, ਇਹ ਜਿਹੜੀ ਤੂੰ ਨਮਾਜ਼ ਪੜ੍ਹਦਾ ਪਿਆ ਸੀ, ਇਹ ਜਿਹੜੀ ਤੂੰ ਮੈਂ 10 ਘੰਟੇ ਪੜ੍ਹਾਂ, ਆਖਰੀ ਲਫ਼ਜ਼ ਉੱਤੇ ਇੱਕ ਬੰਦੇ ਤਵੱਜੋ ਮੁਕੰਮਲ ਨਾ ਕੀਤੀ, ਮੈਂ ਦੁੱਖ ਲੈ ਕੇ ਜਾਵਾਂਗਾ ਸ਼ੇਖੂਪੁਰੇ ਤੱਕ। ਓਏ ਫੈਸਲਾਬਾਦ ਵਾਲਿਓ, ਸੈਯਦੋ ਗੈਰ ਸੈਯਦੋ, ਕੀ ਆਖਿਆ? ਮੈਂ ਨਮਾਜ਼ ਪੜ੍ਹਦਾ ਸੀ, ਸਰਕਾਰ ਫਰਮਾਇਆ ਜਿਹੜੀ ਪੜ੍ਹਦਾ ਸੀ ਇਹ ਤੈਨੂੰ ਦੱਸੀ ਕਿੰਨੇ? ਇਹ ਤੈਨੂੰ ਦੱਸੀ ਕਿੰਨੇ? ਸਰਕਾਰ ਤੁਸੀਂ ਇੱਕ ਆਮ, ਤੁਸੀਂ ਰਫੂ ਬੋਲੋ, ਉਹ ਬੋਲੋ, ਮੈਂ ਤਾਂ ਨਹੀਂ ਨਬੀ ਨੇ, ਤੁਸੀਂ ਸਜਦਾ, ਤੁਸੀਂ ਕਾਊ, ਤੁਸੀਂ ਆਪਣੇ ਕੋਲੋਂ ਆਖਾਂ, ਤੁਸਾਂ ਸਾਰਿਆਂ ਦਾ ਮੁਜਰਮ। ਅਤੇ ਜਿਹੜਾ ਫਿਰ ਅਸਲੇ ਨਮਾਜ਼ ਤੱਕ ਨਾ ਜਾਵੇ ਉਹ ਅਸਲੇ ਨਮਾਜ਼ ਦਾ ਮੁਜਰਮ ਆ। ਪੈਗੰਬਰੇ ਇਸਲਾਮ ਨੇ ਫਰਮਾਇਆ ਰਕੂ ਸਜਦੇ ਕਿਆਮ ਵਾਲੀ ਨਮਾਜ਼ ਜਿਹੜੀ ਪੜ੍ਹਦਾ ਪਿਆ ਹੈ ਕਿੰਨੇ ਦੱਸੀ? ਉਹਨੇ ਆਖਿਆ, ਸਰਕਾਰ ਤੁਸੀਂ ਜਿਹੜੀ ਪੜ੍ਹਦਾ ਪਿਆ ਸੀ ਅਸੀਂ ਆਵਾਜ਼ ਦਿੱਤੀ ਹੈ, ਤੂੰ ਆਇਆ ਨਹੀਂ, ਉਹ ਅਸੀਂ ਦੱਸੀ, ਅਤੇ ਕੰਨ ਖੋਲ ਕੇ ਸੁਣ ਲੈ ਦੁਨੀਆ ਵਾਲੇ, ਉਹ ਕਿਆਮਤ ਤੱਕ ਯਾਦ ਰੱਖਣਾ ਜਿਹੜੀ ਪੜ੍ਹਦੇ ਪਏ ਹੋ ਇਹ ਹੈ ਨਕਲੇ ਨਮਾਜ਼, ਹਮ ਹੈ ਅਸਲੇ ਨਮਾਜ਼। ਸਲਾਮ ਅਲੈਕੁਮ ਤੋਫਾ ਯਾ ਅਲੀ ਅਲੈਹਿ ਸਲਾਮ। مومنی اعلان سماعت فرما لو، 12 سفر المظفر مکوں انا مجلس ازا اسنگے ان وچ سید زاگم بادشاہ صاحب تے بابو ٹی شاہ اور ملک دے نامہ زاکے خطاب گورنر سنگے۔ اعلان سماعت پر 15 سفر ڈگورا وچ مجلس ازا اسنگے جندے لیا شاہ اور اجاز سن۔